ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਮੈਂ ਜਤਿੰਦਰ ਸਿੰਘ ਖੈਰਾ ਤੁਸੀਂ ਦੇਖਦੇ ਪਏ ਹੋ ਯੋਰ ਤੋਂ ਪੰਜਾਬੀ ਚੈਨਲ ਤੇ ਜੇ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਤੇ ਅੱਜ ਆਪਾਂ ਪਹਿਲਾਂ ਦੀ ਤਰ੍ਹਾਂ ਫੇਰ ਤੁਹਾਡੇ ਸਾਹਮਣੇ ਆਏ ਆ ਜਿਸ ਵਿੱਚ ਲੈ ਕੇ ਆਏ ਆ ਭਾਗ ਨੰਬਰ 20 ਤੇ ਇਟਾਲੀਅਨ ਸਿੱਖੋ ਇਹਨੂੰ ਪੰਜਾਬੀ ਇਟਾਲੀਅਨ ਨੂੰ ਪੰਜਾਬੀ ਇਟਾਲੀਅਨ ਟੂ ਪੰਜਾਬੀ ਇਟਾਲੀਅਨ ਐਂਡ ਪੰਜਾਬੀ ਕਿਸੇ ਵੀ ਤਰ੍ਹਾਂ ਤੁਸੀਂ ਸਰਚ ਕਰ ਸਕਦੇ YouTube ਤੇ ਤੇ ਸਾਡੀਆਂ ਵੀਡੀਓ ਤੁਹਾਨੂੰ ਜਿੱਦਾਂ ਸ਼ੋ ਹੋਣਗੀਆਂ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਕੰਸਟਰਕਸ਼ਨ ਦਾ ਕੰਮ ਜਿੱਦਾਂ ਕਹਿ ਸਕਦੇ ਕੋਈ ਆਪ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਉਹ ਆਜਾ ਤੁਹਾਨੂੰ ਦੱਸਾਂ ਕਿ ਉਹਨਾਂ ਨੂੰ ਕਿਵੇਂ-ਕਿਵੇਂ ਬੋਲਿਆ ਜਾਂਦਾ ਵਾ ਇਟਾਲੀਅਨ ਦੇ ਵਿੱਚ ਠੀਕ ਹੈ ਜੀ ਸਭ ਤੋਂ ਪਹਿਲਾਂ ਸਟਾਰਟ ਕਰਦੇ ਆਂ ਤੇ ਨੂੰ ਕੰਸਟਰਕਸ਼ਨ ਨੂੰ ਇੰਗਲਿਸ਼ ਦੇ ਵਿੱਚ ਕੰਸਟਰਕਸ਼ਨ ਕਹਿੰਦੇ ਆ ਤੇ ਇਟਾਲੀਅਨ ਦੇ ਵਿੱਚ ਇਹਨੂੰ ਕੁਸਤਰ ਸਿਓਨੇ ਕਹਿੰਦੇ ਕੋਸਤ੍ਰਸਿਓਨੇ ਠੀਕ ਹੈ ਜੀ ਉਹ ਮੈਂ ਇੱਥੇ ਲਿਖਿਆ ਨਹੀਂ ਜਦੋਂ ਮੇਰੇ ਦਿਮਾਗ ਚ ਭੁੱਲ ਗਿਆ ਤੇ ਚਲੋ ਆਪਾਂ ਸਟਾਰਟ ਕਰਦੇ ਆਂ ਲੱਕੜੀ ਲੇਨਿਓ ਸੀਮੈਂਟ ਚੀਮੈਂਟੋ ਲੋਹਾ ਫੈਰੋ ਜਿੱਦਾਂ ਇੱਕ ਲੋਹਾ ਜਿਹੜਾ ਨਾਰਮਲ ਲੋਹੇ ਨੂੰ ਆਪਾਂ ਲੋਹਾ ਕਹਿ ਸਕਦੇ ਹਾਂ ਤੇ ਬਾਕੀ ਜਿੱਦਾਂ ਸਰੀਆ ਨੇ ਜਿਹੜਾ ਉਹਨੂੰ ਜਿੱਦਾਂ ਇਹ ਫੀਲੋ ਦੀ ਫੈਰੋ ਵੀ ਕਹਿ ਦਿੰਦੇ ਨੇ ਕਾਨਾਂ ਦੀ ਫੈਰੋ ਵੀ ਕਹਿ ਦਿੰਦੇ ਨੇ ਤੇ ਵੈਸੇ ਫੈਰ ਉਹ ਵੀ ਚੱਲ ਜੂਗਾ ਤੇ ਮਾਸਾ ਦੀ ਫੈਰ ਉਹ ਕਹਿੰਦੇ ਨੇ ਜਾਨਕੀ ਮਾਸਾ ਜਾਨਕੀ ਡੰਡੇ ਨੂੰ ਕਹਿੰਦੇ ਨੇ ਤੇ ਛੋਟੇ ਨੂੰ ਤੇ ਇਦਾਂ ਵੀ ਜਦਾਂ ਚੱਲ ਜਾਂਦਾ ਤੇ ਅੱਗੇ ਆ ਗਿਆ ਜੀ ਆਪਣਾ ਬੱਜਰੀ ਬਰੇਚੂਲੀਨੋ ਐਲ ਡਬਲ ਐਲ ਦਾ ਆਈ ਪਾਉਣਾ ਸੀ ਉਹ ਮਿਸਟੇਕ ਹੋ ਗਈ ਸੌਰੀ ਤੇ ਅੱਗੇ ਆ ਗਿਆ ਗਾਇਆ ਜਿਹੜਾ ਬੱਜਰੀ ਨੂੰ ਗਾਇਆ ਵੀ ਕਹਿੰਦੇ ਨੇ ਥੋੜੀ ਜੀ ਮੋਟੀ ਹੁੰਦੀ ਉਹ ਤੇ ਬਰੇਚੂਲੀਨੋ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਬੱਜਰੀ ਨੂੰ ਜਿਹੜੀ ਛੋਟੀ ਬਰੀਕ ਬੱਜਰੀ ਹੁੰਦੀ ਉਹਨੂੰ ਬਰੇਚੂਲੀਨੋ ਕਹਿੰਦੇ ਨੇ ਠੀਕ ਹੈ ਜੀ ਅੱਗੇ ਆ ਗਿਆ ਜੀ ਆਪਣਾ ਪੱਥਰ ਪੀਤਰਾ ਪੱਥਰ ਕੋਈ ਵੀ ਹੋਵੇ ਗ੍ਰਾਂਧ ਦੇ ਜਾਂ ਪੀਕ ਕੋਲ ਪੀਤਰਾ ਕਹਿੰਦੇ ਨੇ ਠੀਕ ਹੈ ਤੇ ਪਹਾੜ ਹੈ ਜਿੱਦਾਂ ਉਹਨੂੰ ਮੌਨਤਾਨੀਆ ਕਹਿੰਦੇ ਨੇ ਪਹਾੜ ਨੂੰ ਤੇ ਪੱਥਰ ਨੂੰ ਪੀਤਰਾ ਕਹਿੰਦੇ ਨੇ ਅੱਗੇ ਆ ਗਿਆ ਜੀ ਆਪਣਾ ਅਲੂਮੀਨੀਅਮ ਅਲੂਮੀਨੀਓ ਠੀਕ ਹੈ ਜੀ ਨੈਕਸਟ ਆ ਗਿਆ ਜੀ ਆਪਣਾ ਰੇਤ ਸਾਬਿਆ ਮਿੱਟੀ 13 ਇਹ ਡਬਲ ਆਰ ਪੜ੍ਹਨਾ ਇਹਦੇ ਵਿੱਚ T E ਡਬਲ ਆਰ 13 ਮੈਨੂੰ ਇੱਕ ਪਹਿ ਕੇਈ ਵਾਰ ਜਿੱਦਾਂ ਆਪਾਂ ਜਦੋਂ ਲਿਖਦੇ ਆ ਨਾ ਜਿੱਦਾਂ ਫੋਨ ਦੇ ਵਿੱਚ ਜਦੋਂ ਆਪਾਂ ਕੋਈ ਚੀਜ਼ ਲਿਖਦੇ ਕਿ ਮਿਸਟੇਕ ਹੋ ਜਾਂਦੀ ਐ ਇਸ ਕਰਕੇ ਜਿੱਦਾਂ ਉਦਾਂ ਕੋਈ ਪ੍ਰੋਬਲਮ ਨਹੀਂ ਹੈਗੀ ਜਿੱਦਾਂ ਵੀ ਉਦਾਂ ਬਿਲਕੁਲ ਸਹੀ ਐ ਸਾਰਾ ਕੁਝ ਬਿਲਕੁਲ ਪਰਫੈਕਟ ਐ ਸਾਰਾ ਕੁਝ ਲਿਖਿਆ ਆ ਜਿਹੜਾ टी आ रे ये तेरा बन जाता है इस करके टी ई डबल आर ए पैना वा ये तैहरा बनना है तैर राज़ आती है ठीक है जी अगे आ गया जी अपना रबड़ गोमा प्लास्टिक प्ला प्लास्टिको पित्तल अचियायो तांबा ਰਾਮੇ ਅੱਗੇ ਆ ਗਏ ਜੀ ਜਿੱਦਾਂ ਨਾਗ ਇਹ ਜਿੱਦਾਂ ਵਿੱਚ ਕੁਝ ਜਿਹੜੇ ਸ਼ਬਦ ਹੈ ਜਿਹੜੇ ਆਪਣੇ ਕੇ ਕਹਿ ਸਕਦੇ ਆ ਆਪਾਂ ਥੋੜੇ ਨਾਲ ਮਿਲਦੇ ਜੁਲਦੇ ਹੀ ਨਾਗ ਜਿੱਦਾਂ ਪੱਥਰੀ ਹੁੰਦਾ ਉਹ ਵੀ ਜਿੱਦਾਂ ਇੱਕ ਉਹ ਕਈ ਵਾਰ ਆਪਣੇ ਘਰਾਂ ਦੇ ਵਿੱਚ ਸਜਾ ਕੇ ਆਪਾਂ ਰੱਖਦੇ ਆਂ ਕਈ ਵਾਰ ਇਹ ਲਾਉਂਦੇ ਨੇ ਲੋਕ ਜਿੱਦਾਂ ਕੋਈ ਮੂਰਤੀ ਬਣਾਉਣ ਵਾਸਤੇ ਜਾਂ ਕੁਝ ਵੀ ਤਾਂ ਕਿ ਨਾਗ ਜਿਹੜਾ ਵਾ ਉਹ ਦੱਸਿਆ ਗਿਆ ਹੈ ਇੱਕ ਪੱਥਰ ਦੀ ਤਰ੍ਹਾਂ ਸਾਸੋ ਕਹਿੰਦੇ ਨੂੰ ਸਾਸੋ ਠੀਕ ਹੈ ਜੀ ਉਣ ਉਣ ਜਿੱਦਾਂ ਉਣ ਜਿਹਨੂੰ ਆਪਾਂ ਕਹਿੰਦੇ ਉਣ लाना ते नरमा कॉटन नायलॉन नायलॉन सिल्क सेता चमडा ਕੁਈਓ ਵੀ ਕਹਿੰਦੇ ਨੇ ਤੇ ਪੇਲੇ ਵੀ ਕਹਿੰਦੇ ਨੇ ਠੀਕ ਹੈ ਲੈਦਰ ਨੂੰ ਜਿੱਦਾਂ ਕੁਈਓ ਕਹਿੰਦੇ ਨੇ ਵੈਸੇ ਤੇ ਪੇਲੇ ਵੀ ਕਹਿੰਦੇ ਨੇ ਕਿ ਜਿੱਦਾਂ ਉਹ ਚਮੜੇ ਦਾ ਕੋ ਕੰਮ ਜਿੱਥੇ ਜਗ੍ਹਾ ਉਹ ਕਹਿੰਦੇ ਨੇ ਲੋਕੀ ਜਿੱਦਾਂ ਇੱਥੇ ਚਮੜੇ ਵਾਲੇ ਕੰਮ ਕਰਦੇ ਆ ਉੱਥੇ ਕਹਿੰਦੇ ਨੇ ਪੇਲੇ ਵਾਲੀ ਫੈਕਟਰੀ ਦੇ ਵਿੱਚ ਲੱਗੇ ਚਮੜੇ ਵਾਲੀ ਫੈਕਟਰੀ ਲੱਗੇ ਤਾਂ ਕਹਿੰਦੇ ਨੇ ਠੀਕ ਹੈ ਪੇਲੇ ਵੀ ਕਹਿੰਦੇ ਨੇ ਪੇਲੀ ਤੇ ਕੁਈਓ ਵੀ ਕਹਿੰਦੇ ਨੇ ਪੇਪਰ ਕੋਈ ਵੀ ਜਿੱਦਾਂ ਆਪਣਾ ਪੇਪਰ ਜਿੱਦਾਂ ਕਰਦੇ ਨੇ ਕੋਈ ਪੇਜ ਜਿੱਦਾਂ ਲਾ ਲੋ ਜਾਂ ਪੇਪਰ ਕੋਈ ਵੀ ਕਾਰਤਾ ਗੱਤਾ ਕਾਰਟੂਨ ਗੋਲਾ ਕਾਰਬੋਨੇ ਸੋਨਾ ਔਰ ਇਹ ਪਲਾਸਟਰ ਪਲਾਸਟਰ ਕਰਨਾ ਜਦੋਂ ਆਪਾਂ ਕੋਈ ਚੀਜ਼ ਨੂੰ ਜੈਸੋ ਆਹੜਾ ਸੋਨਾ ਹੋ ਗਿਆ ਤੇ ਜਾਂ ਅਨਾਗ ਹੋ ਗਿਆ ਤੇ ਇਹ ਸਿਲਕ ਹੋ ਗਿਆ ਇਹ ਤਿੰਨ ਚੀਜ਼ਾਂ ਜਿਹੜੀਆਂ ਵਾ ਇਹ ਮੈਂ ਵਿੱਚ ਤਾਂ ਲਿਖੀਆਂ ਕਿਉਂਕਿ ਕੁਦਰਤੀ ਚੀਜ਼ਾਂ ਵਿੱਚ ਆ ਜਾਂਦੀਆਂ ਥੋੜੀਆਂ ਜਿ� ਤਾਂ ਤਾਰਕ ਮੈਂ ਵਿੱਚ ਲਾਤੀ ਕਿਉਂਕਿ ਇਹਨਾਂ ਵਾਸਤੇ ਕੋਈ ਮੇਰੇ ਕੋਲ ਵੱਖਰੀ ਵੀਡੀਓ ਨਹੀਂ ਬਾਨੀ ਤੇ ਇਸ ਕਰਕੇ ਮੈਂ ਸੋਚਿਆ ਕਿਉਂ ਨਾ ਵੇਚੀ ਦੱਸਿਆ ਕਿਉਂਕਿ ਤੁਹਾਨੂੰ ਮਤਲਬ ਜਿਹੜਾ ਤੁਸੀਂ ਸਮਝਣਾ ਜਦਾਂ ਕਿ ਕਿਹੜੀ ਜੀ ਨੂੰ ਕੀ ਕਹਿੰਦੇ ਆ ਮਤਲਬ ਇਹ ਨਹੀਂ ਕਿ ਵੀਡੀਓ ਦੇ ਵਿੱਚ ਜਿੱਦਾਂ ਵੀ ਕਿਹਾ ਮੈਂ ਸਟਾਰਟਿੰਗ ਦੇ ਵਿੱਚ ਕੀ ਆ ਤੇ ਇਹ ਬੰਦਾ ਕੀ ਕਹਿ ਰਿਹਾ ਇਸ ਚੀਜ਼ ਦਾ ਨਹੀਂ ਕੋਈ ਮਾਇਨੇ ਰੱਖਦਾ ਠੀਕ ਹੈ ਇਸ ਕਰਕੇ ਮੈਂ ਕਹਿ ਰਿਹਾ ਵੀ ਇਹ ਜਿਹੜੀਆਂ ਜਿਹੜਾ ਸੋਨੇ ਤੇ ਕੱਲੇ ਤੇ ਮੈਂ ਬਣਾਉਂਦਾ ਤੇ ਮੈਂ ਜਿੱਦਾਂ ਚਾਂਦੀ ਸੋਨਾ ਜਾਂ ਲੋਹਾ ਪਿੱਤਲ ਇਹਨਾਂ ਨੂੰ ਸਾਰਿਆਂ ਨੂੰ ਫਿਰ ਮੈਂ ਇਕੱਠਾ ਜਿੱਦਾਂ ਵੀ ਲਿਖਿਆ ਜਿੱਦਾਂ ਕਿਉਂਕਿ ਵਿੱਚ ਇੱਕ ਸ਼ਬਦ ਦਾ ਕਰਕੇ ਹੁਣ ਵੀਡੀਓ ਥੋੜਾ ਵੀ ਇਨੀ ਆਪਣੇ ਕੋ ਬਣਨੀ ਹੈ ਠੀਕ ਹੈ ਇਸ ਕਰਕੇ ਮੈਂ ਵਿੱਚ ਲਿਖਿਆ ਹੋਆ ਕੋਈ ਬੰਦੇ ਨੂੰ ਕੋਈ ਡਾਊਟ ਹੋਵੇ ਤੇ ਇਸ ਕਰਕੇ ਇਹਨਾਂ ਸੋਚੇ ਯਾਰ ਸੋਨਾ ਕਰਦੇ ਅਸੀਂ ਕਿੱਥੇ ਲਾਉਣਾ ਤੂੰ ਠੀਕ ਹੈ ਇਸ ਕਰਕੇ ਮੈਂ ਪਹਿਲਾਂ ਸੌਰੀ ਮੰਗਦਾ ਹਾਂ ਕਿਉਂਕਿ ਮੇਰੇ ਕੋਲ ਇੰਨੀ ਜਿਆਦਾ ਨੌਲੇਜ ਨਹੀਂ ਆਪਾਂ ਕਹਿ ਸਕਦੇ ਇੰਨੀ ਜਿਆਦਾ ਨਹੀਂ ਹੈ ਕਿ ਜੇ ਹੁਣ ਆਪਾਂ ਸੋਨੇ ਬਾਰੇ ਜਾਂ ਕੋਈ ਲੰਮੀਆਂ ਲੰਮੀਆਂ ਗਾਂਹ ਜਿੱਤਾ ਚੀਜ਼ਾਂ ਸੋਚੀਏ ਸਿਰਫ ਮੈਂ ਜਿੱਦਾਂ ਸੋਨਾ ਵਿੱਚ ਤਾਂ ਲਾਤਾ ਕਿ ਇੱਕ ਅੱਖਰ ਜਾਂ ਦੋਹਾਂ ਦਾ ਕਰਕੇ ਤਿੰਨਾਂ ਦਾ ਕਰਕੇ ਵੀਡੀਓ ਬਣਾਉਣੀ ਔਖੀ ਹੋ ਜਾਂਦੀ ਤਾਂ ਕਿ ਮੈਂ ਵਿੱਚ ਲਿਖਦਾ ਕਿ ਸੋਨੇ ਨੂੰ ਔਰੋ ਕਹਿੰਦੇ ਨੇ ਇਸ ਕਰਕੇ ਚੇਤਾ ਰੱਖਿਓ ਤੇ ਪਲਸਤਰ ਜੈਸੋ ਖੁਰਦਰਾ ਰੂਵੀਦੋ ਸੌਫਟ ਮੋਰਬੀਦੋ ਇਹ ਅੱਗੇ ਆ ਗਿਆ ਆਪਣਾ ਸਖਤ ਦੂਰੋ ਲਿਕਵਿਡ ਲਿਕਵਿਡ ਦਾ ਮਤਲਬ ਜਿਦਾ ਪਾਣੀ ਹੈ ਲਿਕਵਿਡੋ ਲਸਾ ਮਾਗਰੋ ਗੂੰਦ ਕੋਲੇ ਬਲੋਕੋ ਬਲਾਕ ਸੀਮੈਂਟ ਇੱਕ ਹੁੰਦੇ ਜਿਦਾਂ ਬਲਾਕ ਸੀਮੈਂਟ ਸਾਡੇ ਜ਼ਿਆਦਾਤਰ ਇੱਥੇ ਟਾਲੀਆਂ ਦੇ ਵਿੱਚ ਇਦਾਂ ਇਟਲੀ ਜ਼ਿਆਦਾਤਰ ਲੱਗਦੇ ਨੇ ਲੰਮੇ ਜਿਹੇ ਹੁੰਦੇ ਥੋੜੇ ਭਾਰੇ ਹੁੰਦੇ ਨੇ ਤੇ ਸੀਮੈਂਟ ਦੇ ਬੰਦੇ ਨੇ ਸੀਮੈਂਟ ਤੇ ਸ਼ਾਇਦ ਬੱਜਰੀ ਪੈਂਦੀ ਵਿੱਚ ਉਹਦੇ ਰੇਤਾ ਵੀ ਨਹੀਂ ਥੋੜੀ ਜੀ ਤੇ ਉਹ ਜ਼ਿਆਦਾਤਰ ਇੱਥੇ ਲਾਉਂਦੇ ਨੇ ਲੋਕੀ ਚਾਹ ਉਹ ਲੱਗਦੇ ਨੇ ਤੇ ਚਾਹ ਇੱਕ ਹੋਰ ਹੁੰਦੀ ਤੂਫੋ ਕਹਿੰਦੇ ਉਹ ਮਿੱਟੀ ਦੇ ਵਿੱਚ ਬੱਜਰੀ ਜੀ ਹੁੰਦੀ ਹੈ ਉਹ ਇਦਾਂ ਤੇ ਉਹਨੂੰ ਬਲਾਕ ਹੀ ਕਹਿੰਦੇ ਨੇ ਬਲਾਕ ਸੀਮੈਂਟ ਬਲਾਕੀ ਪਨਾਲਾ ਨੇੜੇ ਆਪਣੇ ਘਰਾਂ ਦੇ ਨਾਲ ਲੱਗੇ ਹੁੰਦੇ ਨੇ ਪਾਣੀ ਨਿਕਲਣ ਵਾਸਤੇ ਪਨਾਲਾ ਕਨਾਲੇ ਕਹਿੰਦੇ ਨੇ ਉਹਨੂੰ ਫਰਸ਼ ਪਾਵੀਮੈਂਟੋ ਟਾਈਲ ਤੇਗੋਲਾ ਹੁਣ ਤੇਗੋਲਾ ਜਿਹੜਾ ਵਾ ਟਾਈਲ ਦੋ ਤਿੰਨ ਤਰ੍ਹਾਂ ਦੀ ਤੇਗੋਲਾ ਜ਼ਿਆਦਾਤਰ ਉਹਨੂੰ ਕਹਿੰਦੇ ਨੇ ਜਿਹੜੇ ਛੱਤਾਂ ਦੇ ਉੱਪਰ ਇਹਨਾਂ ਦੇ ਲੱਗੇ ਹੁੰਦੇ ਕਿਤੇ ਇਟਾਲੀਅਨ ਘਰ ਤੁਸੀਂ ਇੱਕ ਕੱਢ ਕੇ ਦੇਖੋ ਉੱਪਰ ਛੱਤਾਂ ਦੇ ਲੱਗੇ ਹੁੰਦੇ ਨੇ ਸਪੈਸ਼ਲ ਜਿੱਦਾਂ ਇੱਕ ਉਹ ਬਣੇ ਹੁੰਦੇ ਨੇ ਜਿੱਦਾਂ ਅੱਧਾ ਪੈਂਪ ਜਿਹਨੂੰ ਆਪਾਂ ਕਹਦੇ ਇਦਾਂ ਹੁੰਦੇ ਆ ਜਿੱਦਾਂ ਕਿ ਉੱਪਰ ਲੱਗ ਜਾਂਦੇ ਨੇ ਜਦੋਂ ਪਾਣੀ ਉੱਤੇ ਡਿੱਗਦਾ ਏ ਤੇ ਉਹ ਸਿੱਧਾ ਹੀ ਪਾਣੀ ਜਿਹੜਾ ਵਾ ਨੀਚੇ ਆਉਂਦਾ ਯਾਨੀ ਕਿ ਰੋਕਦਾ ਨਹੀਂ ਪਾਣੀ ਇਹਨਾਂ ਦੀ ਜਿਹੜੇ ਛੱਤਾਂ ਉਹ ਵੀ ਜਿਹੜਾ ਟਿੱਪਰ ਜਿਆ ਹੁੰਦੀਆਂ ਦੋਨੇ ਪਾਸੇ ਝੌਂਬਲੀ ਟਾਈਲ ਹੁੰਦੀਆਂ ਨੇ ਕਿ ਪਾਣੀ ਉੱਪਰ ਨਾ ਰੁਕੇ ਇਦਾਂ ਮੀਂਹ ਮੁਜਾਦੇ ਪੈਂਦਾ ਉਹਦਾ ਕਰਕੇ ਠੀਕ ਹੈ ਜੀ ਇਸ ਕਰਕੇ ਉਹ ਤੇਗੋਲਾ ਕਹਿੰਦੇ ਨੇ ਜਿਹੜੇ ਉੱਪਰ ਲੱਗਦੀਆਂ ਟਾਈਲਾਂ ਠੀਕ ਹੈ ਜੀ ਟਾਈਲ ਨੀਚੇ ਵਾਲੀ ਨਹੀਂ ਇਹ ਆਪਾਂ ਕਈ ਵਾਰ ਨੀਚੇ ਵੀ ਇਹ ਫਰਸ਼ ਤੇ ਵੀ ਆ ਪਿਆਸਟ੍ਰੇਲੀ ਪਿਆਸਟ੍ਰੇਲੀ ਵੀ ਕਹਿੰਦੇ ਨੇ ਤੇ ਇਹ ਹਾਂ ਪਿਆਸਟ੍ਰੇਲੀ ਯਾਤਰਾ ਕਹਿੰਦੇ ਨੇ ਜਿੱਦਾਂ ਤੇ ਅੱਗੇ ਆ ਗਿਆ ਜੀ ਬ੍ਰਿਕਸ ਮਤੋਨੀ ਇੱਟਾਂ ਮਤੋਨੀ ਕਹਿੰਦੇ ਨੇ ਤੇ ਮਿੱਟੀ ਦੀ ਇੱਟ ਤੂਫੋ ਆ ਗਿਆ ਮਿੱਟੀ ਦੀ ਇੱਟ ਜਿੱਦਾਂ ਹੁੰਦੀ ਯਾਤਰਾ ਇਹ ਲਾਉਂਦੇ ਨੇ ਚੌੜੀ ਜਿਆਦੀ ਹੁੰਦੀ ਹੈ ਉਹਦੇ ਨਾਲ ਕੰਧ ਦੇ ਯਾਨੀ ਕਿ ਉਹ ਇੱਕੋ ਇੱਕ ਲੱਗਦੀ ਨਾਲ ਨਾਲ ਕੰਧ ਦੇ ਸੱਦੀ ਜਿੱਦਾਂ ਆਪਣੇ ਵਾਂਗੂ ਛੋਟੀ ਇੱਟ ਨਹੀਂ ਲੱਗਦੀ ਇੱਥੇ ਜ਼ਿਆਤਰ ਵੱਡੀ ਲੱਗਦੀ ਉਹ ਵੀ ਮਿੱਟੀ ਦੀ ਜੈ ਤੂਫੋ ਲੱਗਦੀ ਆ ਤੇ ਚੈਹ ਲੱਗਦੀ ਹੈ ਜਿਹੜੀ ਤੁਹਾਨੂੰ ਪਹਿਲਾਂ ਦੱਸਿਆ ਵਾ ਬਲੌਕ ਲੱਗਦੇ ਜਿਹੜੇ ਠੀਕ ਹੈ ਪਲੇ ਵੁੱਡ ਪਲਾਈ ਵੁੱਡ ਸੌਰੀ ਪਲਾਈ ਵੁੱਡ ਜਿਹੜੀ ਉਹ ਆਪਣੀ ਪਲਾਈ ਹੁੰਦੀ ਹੈ ਨਾ ਉਹ ਵਾਲੀ ਉਹਨੂੰ ਕਹਿੰਦੇ ਨੇ ਕੰਪੈਂਸਾਤੋ ਕੰਪੈਂਸਾਤੋ ਲੀਨੀਓ ਲੋਹੇ ਦੀ ਤਸਵੀਰ ਲੋਹੇ ਦੀ ਤਾਰ ਸੌਰੀ ਫੀਲੋ ਦੀ ਫੈਰੋ ਇਹ ਕੰਦ ਇਹਨੂੰ ਪਰਹਤੇ ਵੀ ਕਹ ਦਿੰਦੇ ਨੇ ਪਰਹਤੇ ਤੇ ਮੂਰੋ ਵੀ ਕਹਿੰਦੇ ਨੇ ਠੀਕ ਹੈ ਜੀ ਅੱਗੇ ਨੈਕਸਟ ਹੈਗਾ ਜੀ ਆਪਣਾ ਛੱਤ ਤੇਤੋ ਜਾਲੀ ਜਾਲੀ ਮਤਲਬ ਜਦੋਂ ਆਪਾਂ ਕੋਈ ਆਲੇ ਦੁਆਲੇ ਲਾਈ ਹੁੰਦੀ ਜਾਲੀ ਜਦੋਂ ਕੋਈ ਜਾਲ ਜਾਂ ਲਾਇਆ ਜਾਂਦਾ ਉਹਨੂੰ ਕਹਿੰਦੇ ਨੇ ਰੇਤੇ ਤੇ ਰੰਗ ਵਰਨੀਚੀ ਵਰਨੀਸ਼ ਵੀ ਕਹਿੰਦੇ ਨੇ ਤੇ ਬਾਟੇ ਨੂੰ ਜਦੋਂ ਪੇਂਟ ਪੂਨ ਕਰਨਾ ਤੇ ਉਹਨੂੰ ਜਦੋਂ ਪਿਤੂਰਾ ਵੀ ਕਹਿੰਦੇ ਨੇ ਜਦੋਂ ਕਰਾਂ ਪੇਂਟ ਕਰਨ ਨੂੰ ਪਿਤੂਰਾ ਵੀ ਕਹਿੰਦੇ ਨੇ ਠੀਕ ਹੈ ਤੇ ਇਹ ਸੀ ਆਪਣੀ ਅੱਜ ਜਿੱਦਾਂ ਬੇ ਇੱਕ ਛੋਟੀ ਵੀਡੀਓ ਤੇ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਕਿਹੜੇ-ਕਿਹੜੇ ਮਟੀਰੀਅਲ ਚਾਹੀਦਾ ਫੌਰ ਵੀ ਬਾਦੂ ਮਟੀਰੀਅਲ ਹੈ ਬੱਟ ਜਿੱਦਾਂ ਬਹੁਤ ਲੰਮੀ ਵੀਡੀਓ ਬਣ ਜਾਣੀ ਤੇ ਇਸ ਕਰਕੇ ਮੈਂ ਜਿੱਦਾਂ ਨਹੀਂ ਵਿੱਚ ਬੋਲਿਆ ਨਾ ਮੈਂ ਬਣਾਇਆ ਨਾ ਮੈਂ ਲਿਖਿਆ ਇਹ ਜੇ ਤੇ ਕੋਈ ਨਾ ਆਪਾਂ ਫਿਰ ਮਿਲਾਂਗੇ ਨਵੀਂ ਵੀਡੀਓ ਲੈ ਕੇ ਤੇ ਚਲੋ ਤੁਸੀਂ ਦੇਖੇ ਤੋਂ ਗੌਰ ਕਰੋ ਇਸ ਵੀਡੀਓ ਤੇ ਤੇ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਜੀ ਮਿਹਰਬਾਨ